ਸਿੱਧਾ ਹੋ ਕੇ ਰਿਹਾ ਡਰਦਾ ਕਾ ਤੇ ਪਿਆ ਤੂੰ ਹੈਲੋ ਹਾਈ ਕਰ ਦਿਆ ਕਰ ਬਾਏ ਮੰਮਾ ਤੇਰਾ ਬਾਏ ਪਿੰਡ ਹੈ ਜੀ ਬੜੋਆ ਪਿੰਡ ਹੈ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਵਾ ਧਾਰੀਵਾਲ ਦੇ ਲਾਗੇ ਪਿੰਡ ਹੈ ਬੜੋਈ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਵਲੌਗ ਵੀ ਦੇਖ ਸਕਦੇ ਹੋ ਬਾਅਦ ਚੋਂ ਇਹ ਵੀਰ ਮੇਰੇ ਨਾਲ ਡਿਆ ਡਰਾਈਵ ਕਰਨ ਦੇਖ ਸਕਦੇ ਹੋ ਤੁਸੀਂ ਮੈਂ ਪਿੱਛੇ ਬੈਠਾ ਹਾਂ ਸਾਈਕਲ ਦੇ देखो बीबी 80 साल की बीबी है ते एक्टिवा चला रहे ने भोग पै रहा तुसी देख सकते दर्शन कर सकते गुरु महाराज के ये वीर अपने खेड़ते पे ने पहुंचे हैं आप पिंड का गुरुद्वारा अपना आप तुम कर सकते दर्शन सत श्री अकाल सारे ये वीर अपना हरदीप नाल अपने होके विलोक बना रहा है ये मुंडे का नाम रवि है ये भी पिंड का ही है ये भी अपने नाल हेल्प करता पाया तो आ मुंडा फौजी है नाम पाया पिंड वाले ने तो यह भी मुंडा अपनी हेल्प करता पाया दिखाने पिंड सारा पिंड बहुत वधिया तो अज मौसम भी काफ़ी वधिया बनया बदल होए ने तो थानू दिखाने फिर है तो सकते हो जी आप पिंड का गेड़ा ला के तो आप मणियां दिखा चलने थानू सारे पिंड दी मणियां जिते लोग मरण तो बाद जाते ने मेरे पिंड दी ओ नहर नू सुनेहा दे दियो मेरे पिंड दी ओ नहर नू सुनेहा दे दियो नी मैं फिर तारी लाऊं सिव्याच सड़के नी मैं कुजे विच आऊंगा सवा बड़ जी आप बंदे कहंदे आ कि प्यास लगी है इन्हां नू पानी पीन लगे ने वीर अपना हरदीप लगा पानी पीन दिया वा देख सकते हो तुम बंबी चलती पई है मोटर मित्रा की तभी चला हूँ पानी पीने तो इन्हों तो बाद मैं पानी पीवगा तो कैमरा फड़ के रखेगा अपना हरदीप पिंड है जी बड़ोया पिंड देख सकते तुम ये अपना शमशान घर है मड़ियाँ जिन्हों केंद्र पिंड देख सकते तुम टेंकी लगी हुई है पानी वाली तो मैं अंदर ता नहीं जा रहा क्योंकि मैं डर बड़ा लगता भूता तो इस करके मैं तुम्हें दूर ही दिखा रहा ये भी देख सकते हो तो अपने वीर जड़े हेल्प करते पे है हरदीप ते रवि आ देख सकते जी बड़ा पिंड ड्राइव करता पे हरदीप वीर फिर मैं फिर पिछले बैठे वो कोठी देखो बनाई है सरपंच की कोठी है ये देख सकते हो मैं जूम करके दिखा देना तुम साफ नहीं आ रही बट नहीं देख सकते सरपंच की कोठी है तो क्या टोप की कोठी पाई अगले ने फिर आप गुरुद्वारे आ गए हैं तो गुरुद्वारा जो बंद वा तो करके असं तुम दिखा नहीं पा रहे तो शामी मैं वीडियो बना के पावगा अपना रवि वीर जरा अपनी हेल्प करता पाया ये ड्राइव करता पाया तो मैं पिछले बह के वीडियो बना रहा और ये देख सकते जी सरपंच साहब की कोठी तो टॉप की कोठी इन्हों की है पूरे पिंड सरपंच साहब मेरे पिंड वसदा रब वे ਵੇਖ ਲੈ ਤੂੰ ਹੋਰ
ਕਹਿੰਦੇ ਕਿ ਫਿਰ ਪਿਆਸ ਲੱਗ ਗਈ ਇਹਨਾਂ ਨੂੰ, ਧੁੱਪ ਬੜੀ ਹੈ, ਗਰਮੀ ਬੜੀ ਹੈ, ਤੁਹਾਨੂੰ ਪਤਾ ਹੀ ਹੈ। ਆਹ ਮੋਟਰ, ਆਹ ਤੁਸੀਂ ਦੇਖ ਸਕਦੇ ਹੋ, ਆਹ ਵੀਰ ਇਹਨੂੰ ਕੀ ਕਹਿੰਦੇ ਆ, ਕਹਿੰਦੇ ਆ ਕਿ ਮੈਨੂੰ ਤੁਹਾਨੂੰ ਪਤਾ ਨਹੀਂ ਹੈ, ਪਰ ਚਲੋ ਜੋ ਵੀ ਹੈਗਾ ਬੜਾ ਵਧੀਆ ਹੁੰਬਾਰਾ। ਤਾਂ ਤੁਸੀਂ ਦੂਜੇ ਬੰਦੇ ਵੀ ਦੇਖੋ, ਆਹ ਦੇਖੋ, ਆਹ ਵੀਰ ਕਹਿੰਦੇ ਪਾਣੀ ਪੀਣਾ, ਆਹ ਆਪਣਾ ਹਰਦੀਪ ਵੀਰ ਕਹਿ ਰਿਹਾ ਸੀ। ਹਰਦੀਪ ਵੀਰ ਕਿੱਥੋਂ ਪੀਣਾ ਪਾਣੀ, ਇੱਧਰੋਂ ਪੀਣਾ ਕਿ ਉੱਧਰੋਂ ਪੀਣਾ? ਅੱਛਾ ਉੱਧਰੋਂ ਸਾਫ਼ ਹੁੰਦਾ। ਆਹ ਦੇਖ ਸਕਦੇ ਹੋ ਜੀ ਕਿੰਨੀ ਲੋਕ ਪੇੜ ਪੌਦੇ ਕੱਟੀ ਜਾ ਰਹੇ ਆ, ਅਤੇ ਇੱਥੇ ਦੇਖੋ ਕਿੰਨੀ ਵਧੀਆ ਛਾਂ ਕੀਤੀ ਹੋਈ ਆ, ਹਵਾ ਚੱਲ ਰਹੀ ਹੈ, ਤਾਂ ਆਪਣਾ ਹਰਦੀਪ ਵੀਰ ਪਾਣੀ ਪੀ ਰਿਹਾ। ਅਤੇ ਰਵੀ ਵੀਰ ਕਹਿੰਦਾ ਕਿ ਮੈਂ ਪਾਣੀ ਨਹੀਂ ਪੀਣਾ, ਚਲੋ ਉਹਦੀ ਮਰਜ਼ੀ ਹੈ, ਚਲੋ ਅਸੀਂ ਵੀ ਪੀ ਲੈਂਦੇ ਹਾਂ ਪਾਣੀ। ਪਾਣੀ ਪੀਤਾ ਅਸੀਂ ਹੁਣ ਇੱਥੋਂ, ਇਹ ਵੀਰ ਦੇ ਚਾਚੇ ਦੀ, ਚਾਚੇ ਤਾਇਆਂ ਦੀ ਪੈਲੀ ਹੈ, ਇਹਨਾਂ ਦੀ ਆਪਣੇ ਪੈਲੀ ਹੈ, ਅਤੇ ਪਾਣੀ ਲਾਉਣ ਆਏ ਸੀ ਵੀਰ। ਹਾਂਜੀ, ਅਤੇ ਦਾਦੇ ਸਾਡੇ ਵੀ ਮਤਲਬ ਕਿ ਕਿੰਨੇ ਦਿਨਾਂ ਤੋਂ ਰਹਿ ਰਹੇ ਇੱਥੇ ਵੀ, ਅਤੇ ਇਹਨਾਂ ਦੇ ਦਾਦਾ ਜੀ ਉਦੋਂ ਤੋਂ ਰਹਿ ਰਹੇ ਆ ਜਦੋਂ ਦਾ ਪਿੰਡ ਬਣਿਆ। ਹਾਂਜੀ, ਅਤੇ ਹੁਣ ਉਹ ਤਾਂ ਚਲੋ ਐਕਸਪਾਇਰ ਹੋ ਗਏ ਨੇ, ਅਤੇ ਇਹਨਾਂ ਦਾ ਕੇਸ ਵੀ ਚੱਲਦਾ ਪਿਆ ਕਿ ਇਹਨਾਂ ਦੀ ਪੈਲੀ ਦਾ ਕਿ ਟੱਕ ਦਾ ਕੋਈ ਚੱਕਰ ਫੇਰਦਾ, ਅਤੇ ਪੈਲੀ ਦਾ ਇਹਨਾਂ ਦੇ ਚਾਚਾ ਜੀ ਦੇ ਨਾਲ ਇਹਨਾਂ ਦਾ ਕੇਸ ਚੱਲਦਾ ਪਿਆ। ਅਤੇ ਭਾਅ ਜੀ ਨੇ ਦੱਸਿਆ ਵੀ ਪਹਿਲੀ, ਹਾਂਜੀ ਇਹਨਾਂ ਨੇ ਦੱਸਿਆ ਮੈਨੂੰ ਸਾਰਾ ਕੁਛ, ਅਤੇ ਆਹ ਆਪਣਾ, ਅਤੇ ਕਾਫੀ ਪੁਰਾਣੇ ਨੇ ਪਿੰਡ ਵਿੱਚੋਂ, ਅਤੇ ਇਹਨਾਂ ਦੇ ਪੜਦਾਦਾ ਜੀ ਇੱਥੇ ਪਿੰਡ 'ਚ ਰਹਿਣ ਆਏ ਸੀ, ਉਦੋਂ ਉਹਨਾਂ ਨੇ ਪੈਲੀ ਪੁਲੀ ਖਰੀਦੀ, ਅਤੇ ਹੁਣ ਜਿੰਨੀ ਪੈਲੀ ਹੈਗੀ ਹੁਣ ਤਾਂ ਇਹਨਾਂ ਦੀ ਹੈ, ਅਤੇ ਇਹ ਹੁਣ ਆਪਣੀ ਐਸ਼ ਕਰਦੇ ਆ ਆਪਣੀ ਪੂਰੀ ਪੂਰੀ। ਮੈਂ ਲੀਡਰ ਕੋਨਵੈਂਟ ਸਕੂਲ ਧਾਰੀਵਾਲ 'ਚ ਪੜ੍ਹਦਾ ਹਾਂ, ਅਤੇ ਉਹ ਆਪਣਾ ਘਰ ਆ ਸ਼ਾਹ ਸਾਹਮਣੇ, ਆ ਵੀਰ ਦਾ ਘਰ ਹੈ, ਅਤੇ ਇਹਨਾਂ ਨੇ ਮੈਂ ਖਿਆਲ ਸ਼ਹਿਰ 'ਚ ਵੀ ਕੋਠੀ ਲਈ ਆ ਤੁਸੀਂ? ਸ਼ਹਿਰ 'ਚ ਵੀ ਹੈਗੀ। ਹਾਂਜੀ, ਆਹ ਵੀਰ ਐਸ਼ ਕਰਦਾ ਪਿਆ, ਦੇਖ ਸਕਦੇ ਹੋ ਤੁਸੀਂ, ਖੁੱਲ੍ਹੀ ਜ਼ਮੀਨ ਆ, ਖੁੱਲ੍ਹੇ ਪੈਸੇ ਕਮਾਉਂਦੇ ਆ, ਐਸ਼ ਕਰਦੇ ਆ ਪੂਰੀ ਪੂਰੀ। ਧਿਆਨ ਨਾ, ਤਾਂ ਚੋਂ ਆਪਾਂ ਹੋ ਕੇ ਆਏ ਹਾਂ, ਵੀਰ ਪਾਣੀ ਦੇਣ ਆਇਆ ਸੀ, ਅਤੇ ਹੁਣ ਆਪਾਂ ਚੱਲੇ ਹਾਂ ਫਿਰ ਘੁੰਮਣ ਫਿਰਨ ਨੂੰ। ਦੇਖੀਏ ਪਿੰਡ ਕਿਹੋ ਜਿਹਾ ਇਹਨਾਂ ਦਾ। ਆਹ ਫਿਰ ਆਪਣਾ ਹਰਦੀਪ ਵੀਰ ਸਾਈਕਲ ਚਲਾ ਰਿਹਾ, ਆਹ ਦੇਖ ਸਕਦੇ ਤੁਸੀਂ ਪਿੰਡ ਦੇ ਨਜ਼ਾਰੇ, ਐਂ ਸ਼ਾਂਤੀ ਆ, ਹਰਿਆਲੀ ਹਰਿਆਲੀ ਯਾਰ, ਪਾਸੇ ਦੇਖ ਸਕਦੇ ਤੁਸੀਂ ਵੀਡੀਓ ਵਿੱਚ। ਇਹ ਆਹ ਵੀਰ ਦੀ ਕੋਠੀ ਆਪਣੇ ਹਰਦੀਪ ਵੀਰ ਦੀ, ਆ ਜਿਹੜਾ ਮੈਂ ਸਾਈਕਲ ਚਲਾ ਰਿਹਾ ਦੇਖ ਸਕਦੇ ਹੋ, ਇਹਨਾਂ ਨੇ ਇਨਵਰਟਰ ਲਵਾਇਆ ਸੋਲਰ ਵਾਲਾ, ਧੁੱਪ ਨਾਲ ਚਾਰਜ ਹੁੰਦਾ। ਇਹ ਵੀਰ ਦੀ ਬੜੀ ਚੜ੍ਹਾਈ ਆ, ਇਹ ਖਾਨਦਾਨੀ ਬੰਦੇ ਨੇ ਹਰਦੀਪ ਵੀਰ ਜੀ। ਵੀਰ ਆਇਆ ਆਪਣਾ, ਹਾਂ ਵੀਰ ਕੀ ਹਾਲ ਚਾਲ, ਕੀ ਹਾਲ? ਹੋਰ ਵੀਰ ਸੁਣਾਓ ਫਿਰ ਆਪਣੇ ਬਾਰੇ ਕੁਝ ਦੱਸੋ। ਬਦਮਾਸ਼ੀ, ਆ ਵੀਰ ਬਦਮਾਸ਼ੀ ਬੜੀ ਕਰਦਾ ਪਿੰਡ 'ਚ, ਦਹਿਸ਼ਤ ਬੜੀ ਹੈ ਵੀਰ ਦੀ। ਤੁਸੀਂ ਦੇਖ ਸਕਦੇ ਗਾਣਾ ਵੀ ਲਾਇਆ ਵੀਰ ਨੇ, ਜੱਟ ਹੁੰਦੇ ਆ ਵੀਰ, ਆਪਾਂ ਜੱਟ ਹੁੰਦੇ ਆ। ਕੀਤੀ ਬਦਮਾਸ਼ੀ ਪੁੱਤ ਰੱਜ ਕੇ ਤੇ ਹੁਣ ਕੰਮ ਛੱਡੇ ਹੋਇਆ, ਕੀਤੀ ਬਦਮਾਸ਼ੀ ਪੁੱਤ ਰੱਜ ਕੇ ਤੇ ਹੁਣ ਕੰਮ ਛੱਡੇ ਹੋਇਆ। ਲੋਕਾਂ ਨੇ ਕੋਠੀਆਂ ਪਾਈਆਂ ਨੇ, ਆਹ ਦੇਖੋ ਜੀ, ਅਤੇ ਬੰਬੀ ਮੱਝਾਂ ਮੁੱਝਾਂ ਰੱਖੀਆਂ ਇਹਨਾਂ ਨੇ, ਅਤੇ ਦੁੱਧ ਜ਼ਿਆਦਾ ਤੱਕ ਅੱਧੇ ਪਿੰਡ 'ਚ ਦੁੱਧ ਤਾਂ ਇਹਨਾਂ ਦਾ ਹੀ ਜਾਂਦਾ। ਸ਼ਾਮੀ ਬਾਪੂ ਨਾਲ ਜਾਣਾ ਖੇਤਾਂ ਵੱਲ ਨੂੰ, ਪੁੱਤਾਂ ਵਾਂਗੂ ਜਿਹਨੇ ਫਸਲਾਂ ਸਿੱਖ ਲਿਆ ਮੈਂ, ਨਾ ਪਿੰਡ ਪਿੰਡ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ।
ਇੱਥੇ ਰਹਿੰਦੇ ਹੁੰਦੇ ਸੀ ਹਰਦੀਪ ਵੀਰ, ਉਹ ਦੇਖ ਸਕਦੇ ਤੁਸੀਂ, ਹੁਣ ਇਹਨਾਂ ਨੇ ਕਿਰਾਏ 'ਤੇ ਦਿੱਤਾ ਹੋਇਆ। ਆਹ ਦੇਖੋ ਜੀ, ਅਸੀਂ ਬੰਬੀ ਦੇ ਆਏ ਹਾਂ ਨਹਾਉਣ ਵਾਸਤੇ। ਆਹ ਆਪਣੇ ਹਰਦੀਪ ਵੀਰ ਅਤੇ ਰਵੀ ਵੀਰ ਕਹਿ ਰਹੇ ਸੀ ਕਿ ਨਹਾਉਣਾ ਵਾ, ਗਰਮੀ ਬੜੀ ਹੋ ਗਈ ਆ ਅਤੇ ਬੰਬੀ ਤਾਂ ਬੰਦ ਆ ਯਾਰ, ਸਾਡਾ ਫੇਰਾ ਪੈ ਗਿਆ ਸਾਨੂੰ। ਚਲੋ ਕੋਈ ਗੱਲ ਨਹੀਂ, ਸਾਨੂੰ ਦਿਖਾ ਦਿੰਦੇ ਬੰਬੀ। ਇਹ ਆਪਣੀ ਹੁਣਾਂ ਦੀ ਬੰਬੀ ਆ, ਤਾਰਾਂ ਤੂਰਾਂ ਲਾਈਆਂ ਹੋਈਆਂ, ਜਾਂਦੇ ਅੰਦਰ ਟੱਪ ਕੇ। ਆਹ ਵੇਖੋ ਬੰਬੀ ਚੱਲਦੀ ਨਹੀਂ ਪਈ, ਬੱਤੀ ਗਈ ਹੋਈ ਹੈ, ਬੱਤੀ ਕੱਲ੍ਹ ਦੀ ਗਈ ਹੈ। ਅਤੇ ਕੱਲ੍ਹ ਸ਼ਾਮੀ ਨਹਾਉਣ ਡੇ ਸੀ ਆਪਾਂ, ਅਤੇ ਅੱਜ ਪਾਣੀ ਗੰਦਾ ਹੋ ਗਿਆ, ਫਿਰ ਸਾਫ਼ ਕਰਨੀ ਪੈਣੀ ਹੈ ਕੱਲ੍ਹ ਵਾਂਗੂ। ਅਤੇ ਆਹ ਸਬਜ਼ੀ ਲਾਈ ਹੈ, ਆਹ ਕਾਹਦੇ ਬੂਟਾ ਹੈ ਵੈਸੇ? ਇਹ ਮਹਿਲਾ ਬੈਂਗਣਾਂ ਦਾ ਬੂਟਾ। ਐਸ਼ ਵੈਸੇ ਪਿੰਡ ਦੀ ਐਸ਼ ਹੈ, ਜੋ ਪਿੰਡ 'ਚ ਐਸ਼ ਮਿਲਣੀ ਹੈ ਉਹ ਕਿਤੇ ਨਹੀਂ ਮਿਲਣੀ ਹੈਗੀ। ਨਜ਼ਾਰੇ ਤੁਸੀਂ ਦੇਖ ਸਕਦੇ ਵੀਡੀਓ ਦੇ ਵਿੱਚ ਹੀ, ਕਿਸੇ ਪ੍ਰਕਾਰ ਦਾ ਸ਼ੋਰ ਨਹੀਂ ਹੈਗਾ, ਕੋਈ ਨੋਇਜ਼ ਨਹੀਂ ਹੈਗੀ, ਪੇੜ ਪੌਦੇ ਆ ਸਾਰੇ, ਹਰ ਪਾਸੇ ਹਰਿਆਲੀ ਹਰਿਆਲੀ ਹੈ, ਬਸ ਬੱਤੀ ਨਹੀਂ ਆਉਣ ਡੀ। ਚਲੋ ਸ਼ਾਮੀ ਹੁਣ ਤਾਂ ਵੈਸੇ 12:30 ਹੋਏ ਆ, ਅਤੇ 6-5 ਵਜੇ ਨਾਲ ਬਣਾਉਂਦੇ ਵੀਡੀਓ ਆ ਕੇ ਫਿਰ ਚਲੀਏ ਘਰ। ਚਲੋ ਆਹ ਸ਼ਹਿਰ ਵੱਲ ਨੂੰ ਜਾਣ ਡੇ ਆਪਾਂ। ਹਰਦੀਪ ਸਿੰਘ ਕਹਿੰਦਾ, ਹਰਦੀਪ ਵੀਰ ਕਹਿੰਦਾ ਕਿ ਜੂਸ ਪੀਣਾ ਹੈ, ਅਤੇ ਹਾਂ ਬਚਾ ਰਹੇ ਹਾਂ ਜੂਸ ਪੀਣ ਨੂੰ, ਗਰਮੀ ਬੜੀ ਲੱਗਦੀ ਹੈ। ਬੰਬੀ 'ਤੇ ਆਏ ਸੀ ਅਤੇ ਬੰਬੀ 'ਤੇ ਬੱਤੀ ਨਹੀਂ ਆਉਣ ਡੀ ਅਤੇ ਮੋਟਰ ਚੱਲੀ ਨਹੀਂ, ਅਤੇ ਆਹ ਜਾਣ ਡੇ ਹਾਂ ਆਪਣਾ। ਆਹ ਦੇਖੋ ਜੀ, ਲੋਕਾਂ ਨੇ ਕਿੱਦਾਂ ਸਬਜ਼ੀਆਂ ਲਾਈਆਂ ਆਪਣੇ ਘਰ ਦੇ ਪਿੱਛੇ, ਆਪਣੇ ਪਲਾਟਾਂ 'ਚ ਪਲਾਟ ਕਟਾਏ ਆ ਇੱਥੇ। ਆਹ ਆਪਣਾ ਫਾਟਕ ਹੈ ਜੀ, ਦੁਕਾਨਾਂ। ਉਹ ਲਓ ਜੀ, ਜੂਸ ਪੀਣ ਆਏ ਹਾਂ ਅਤੇ ਜੂਸ ਦੀ ਵੀ ਬੰਦ ਆ ਕੋਰਨਰ, ਅਤੇ ਹੁਣ ਫਿਰ ਆਪਾਂ ਦੇਖਦੇ ਹਾਂ। ਲੋਕਡਾਊਨ ਕਰਕੇ ਘੱਟ ਦੁਕਾਨਾਂ, ਲੋਕਡਾਊਨ ਕਰਕੇ ਦੁਕਾਨਾਂ ਜਿਹੜੀਆਂ ਘੱਟ ਖੁੱਲ੍ਹਦੀਆਂ ਪਈਆਂ ਨੇ। ਵੈਸੇ ਦੇਖ ਸਕਦੇ ਬੱਸਾਂ ਬੁੱਸਾਂ ਚੱਲਦੀਆਂ ਪਈਆਂ ਨੇ, ਉੱਦਾਂ ਫਾਟਕ ਹੈ। ਆਹ ਵੀਰ ਦੀ ਲੜਾਈ ਹੋਈ ਸੀ ਕੱਲ੍ਹ, ਕੱਲ੍ਹ ਪਹੁੰਚਾ ਲਿਆ ਆਪਾਂ, ਸਾਰੇ ਮੁੰਡਿਆਂ ਨੇ ਇਕੱਠੇ ਹੋ ਗਏ, ਮੈਂ ਤੈਨੂੰ ਬਹੁਤ ਪੈਣੀ ਹੈ। ਆਪਣਾ ਮਣੀ, ਆਹ ਮਣੀ ਵੀਰ ਆਪਣਾ ਤੇਜ਼ ਚਲਾਉਂਦਾ, ਤੱਕ ਪਾਉਂਦਾ ਫਰੀ ਫਰੀ। ਆਹ ਦੇਖੋ ਜੀ, ਪਿੰਡ ਦਾ ਸਕੂਲ, ਸਰਕਾਰੀ ਸਕੂਲ ਹੈ ਪ੍ਰਾਇਮਰੀ, ਇੱਥੇ ਨਰਸਰੀ ਤੋਂ ਲੈ ਕੇ 5ਵੀਂ ਕਲਾਸ ਤੱਕ ਬੱਚੇ ਪੜ੍ਹਾਏ ਜਾਂਦੇ ਆ, ਅਤੇ ਲੋਕਡਾਊਨ ਕਰਕੇ ਜੇ ਬੰਦ ਵਾ, ਅਤੇ ਆਪਾਂ ਵਾਈਫਾਈ ਲੱਗੇ ਨੇ, ਕੰਪਿਊਟਰ ਕੰਪਿਊਟਰ ਲੱਗੇ ਨੇ, ਇਹ ਬੜੀ ਤਰੱਕੀ ਕਰ ਲਈ ਹੈ ਪਿੰਡ ਦੇ ਸਕੂਲਾਂ ਨੇ ਵੀ। ਆਹਦੀ ਪਿੰਡ ਦਾ ਜ਼ਿਆਦਾ ਧਿਆਨ ਦਿਓ, ਬੱਦਲ ਬੁੱਦਲ ਦੇਖੋ ਤੁਸੀਂ, ਹੈ ਬੱਦਲ ਬੁੱਦਲ ਹੋਏ ਆ, ਬੱਦਲ ਪੂਰੇ ਕੈਨੇਡਾ ਵਰਗੇ ਲੱਗਣ ਡੇ ਆ। ਆ ਕੇ ਦੇਖੋ ਇੱਥੇ, ਆਹ ਦੇਖੋ ਕੋਟੀਆਂ ਪਾਈਆਂ ਹੋਈਆਂ ਨੇ ਲੋਕਾਂ ਨੇ, ਵੀ ਸ਼ਹਿਰ ਹੀ ਬਣਾਇਆ, ਦੁਕਾਨਾਂ ਪਈਆਂ ਨੇ ਇੱਥੇ। ਦੁਕਾਨਾਂ ਹੁਣ ਤਾਂ ਲੋਕਡਾਊਨ ਕਰਕੇ ਬੰਦ ਨੇ, ਨਹੀਂ ਤਾਂ ਧੱਕ ਪਈ ਹੁੰਦੀ ਹੈ ਇੱਥੇ। ਆਹ ਦੇਖੋ ਜੀ, ਜਾਣ ਡੇ ਹਾਂ, ਮਜ਼ਦੂਰ ਲੱਗੇ ਹੋਏ ਆ, ਉਹ ਬੰਗਲੇ ਦੇਖੋ ਤੁਸੀਂ, ਪਿੰਡਾਂ ਦੇ ਨਜ਼ਾਰੇ। ਉਹ ਦੇਖੋ ਜੀ ਸਾਹਮਣੇ ਟ੍ਰੀ, ਦੇਖੋ ਤੁਸੀਂ ਕਿੰਨਾ ਸ਼ਾਨਦਾਰ ਲੱਗਾ ਆ, ਬੜਾ ਵਧੀਆ ਦਿਖ ਸਰਿਆ ਦੂਰ ਤੋਂ। ਅਤੇ ਆਪਣੇ ਦੇਖ ਸਕਦੇ ਜੀ, ਮਜ਼ਦੂਰ ਕਰਦੇ ਪਏ ਨੇ, ਝੋਨਾ ਹਿਲਾ ਰਹੇ ਨੇ। ਅਤੇ ਇੱਧਰ ਬੰਗਲੇ ਦੇਖ ਸਕਦੇ ਹੋ ਜੀ ਤੁਸੀਂ, ਅਤੇ ਉਸ ਆਪਣੇ ਵੇਚ ਸਕਦੇ ਹੋ ਤੁਸੀਂ, ਇੱਕ ਉਹ ਆਪਣੀ ਟੈਂਕੀ ਪਿੰਡ ਦੀ, ਇੱਕ ਉਹ। ਹਾਂਜੀ ਆਹ ਪਿੰਡ ਦੀ ਟੈਂਕੀ ਆ ਜੀ, ਆਹ ਦੇਖ ਸਕਦੇ, ਮੈਂ ਜ਼ੂਮ ਕਰਕੇ ਦਿਖਾ ਦੇਣਾ ਤੁਹਾਨੂੰ, ਸਾਰੇ ਪਿੰਡ ਵਿੱਚ ਪਾਣੀ ਇਹਨਾਂ ਟੈਂਕੀਆਂ ਦੁਆਰਾ ਆਉਂਦਾ ਜੀ, ਦੇਖੋ ਜੀ। ਉੱਦਾਂ ਪਿੰਡ ਵਿੱਚ ਮਿਊਂਸੀਪਲਟੀ ਲੱਗੇ ਹੋਏ ਨੇ, ਉਹਨਾਂ ਦੁਆਰਾ ਪਾਣੀ ਬਹੁਤ ਵਧੀਆ ਹੁੰਦਾ। ਹਾਂਜੀ ਵੀ ਇੱਕ ਗੱਲ ਇੱਥੇ ਪਿੰਡਾਂ 'ਚ ਬੜੀ ਵਧੀਆ ਕਿ ਅੱਧੇ ਪਿੰਡ ਤੋਂ ਜ਼ਿਆਦਾ ਲੋਕਾਂ ਨੇ ਸਮਰਸੀਬਲ ਲਵਾਏ ਹੋਏ ਆ, ਜਿਹੜਾ ਜ਼ਮੀਨ ਦੇ ਥੱਲੋਂ ਸਿੱਧਾ ਪਾਣੀ ਆਉਂਦਾ। ਅਤੇ ਵੈਸੇ ਟੈਂਕੀਆਂ ਲੱਗੀਆਂ ਨੇ, ਟੈਂਕੀ ਲੱਗੀ ਆ, ਇਹ ਟੈਂਕੀ ਦੁਆਰਾ ਵੀ ਪਿੰਡ ਵਿੱਚ ਪਾਣੀ ਦਿੱਤਾ ਜਾਂਦਾ, ਜਿਹਨਾਂ ਘਰ ਸਮਰਸੀਬਲ ਨਹੀਂ ਹੈਗੇ ਜਾਂ ਹੋਰ ਕੋਈ ਪਾਣੀ ਦਾ ਸਾਧਨ ਨਹੀਂ ਹੈਗਾ। ਅਤੇ ਆਹ ਆਪਣੇ ਸ਼ਿੰਦੀ ਅੰਕਲ ਨੇ, ਅਤੇ ਆਹ ਦੇਖ ਸਕਦੇ ਤੁਸੀਂ, ਇਹ ਆਪਣੀ ਦਵਾਈ ਦੇ ਕੇ ਆਏ ਨੇ ਆਪਣੇ। ਅਤੇ ਅੰਕਲ ਜੀ ਤੁਸੀਂ ਕਿੱਥੋਂ ਆਏ ਵੈਸੇ? ਅਸੀਂ ਆਪਣੇ ਪਿੰਡ ਦੇ ਜੀ। ਅੱਛਾ, ਇੱਥੇ ਤੁਸੀਂ ਆਪਣੇ ਜੰਮੇ ਪਲੇ ਇੱਥੇ ਜੇ, ਇੱਥੋਂ ਦੇ ਜੇ? ਅਤੇ ਕਿੱਥੋਂ ਤੁਹਾਡੇ ਕੀ ਕੰਮ ਕਰਦੇ ਤੁਸੀਂ ਆਪਣੇ? ਅੱਛਾ ਖੇਤੀ, ਇਹਨਾਂ ਦੇ ਖੇਤ ਆਪਣੇ ਨੇ। ਹਾਂਜੀ ਹਾਂਜੀ। ਅਤੇ ਆਪਣੇ ਕਰਦੇ ਪਏ ਨੇ, ਆਪਣੀ ਦਵਾਈ ਦੇ ਰਹੇ ਨੇ ਆਪਣੇ। ਅਤੇ ਤੁਹਾਡੇ ਕਿੰਨੇ ਬੇਟੇ ਨੇ? ਸਾਡੇ ਦੋ। ਅਤੇ ਦੋ ਬੇਟੇ ਨੇ, ਅਤੇ ਇੱਕ ਬੇਟਾ ਤਾਂ ਇਹਨਾਂ ਦਾ ਕੈਨੇਡਾ ਗਿਆ ਹੋਇਆ ਸਟੱਡੀ ਵੀਜ਼ੇ 'ਤੇ, ਪਿਛਲੇ ਸਾਲ ਗਿਆ ਸੀ,
ਤੇ ਇੱਕ ਮੁੰਡਾ ਇਹਨਾਂ ਦੀ ਦੁਕਾਨ ਆ ਇੱਥੇ ਧਾਰੀਵਾਲ ਤੇ ਉੱਥੇ ਉਹਨਾਂ ਦੀ ਦੁਕਾਨ ਹੈ ਅਤੇ ਉਹ ਆਪਣੇ ਸ਼ੋਪਕੀਪਰਿੰਗ ਦਾ ਕੰਮ ਕਰਦੇ ਨੇ ਅਤੇ ਆਪਣੀ ਇਹਨਾਂ ਦੀ ਜ਼ਮੀਨ ਹੈ ਅਤੇ ਆਪਣੀ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਝੋਨਾ ਲਾਇਆ ਹੋਇਆ ਅਤੇ ਆਪਣੀ ਕਰਦੇ ਪਏ ਨੇ ਦਵਾਈ ਪਾ ਰਹੇ ਨੇ ਆਹ ਦੇਖੋ ਜੀ ਕੰਮ ਕਰਦੇ ਪਏ ਨੇ ਅੰਕਲ ਜੀ ਕੰਮ ਕਰਦਿਆਂ ਦੀ ਵੀਡੀਓ ਦੇਖ ਲਓ ਤੁਸੀਂ ਇਹ ਬੜਾ ਔਖਾ ਕੰਮ ਹੈ ਖੇਤੀ ਕਰਨਾ ਅਤੇ ਕੋਈ ਸੌਖਾ ਕੰਮ ਨਹੀਂ ਹੈਗਾ ਅਤੇ ਅਸੀਂ ਵੀਡੀਓ ਦੇਖੀ ਆ ਹੁਣ ਅਤੇ ਪਿੰਡ ਦੀ ਵੀਡੀਓ ਪਾਈ ਆ ਬੜੋਆ ਪਿੰਡ ਆ ਤੁਸੀਂ ਦੇਖ ਲਈ ਹੋਣੀ ਵੀਡੀਓ ਅਤੇ ਆਪਣੇ ਵੀਰਾਂ ਨੇ ਸਾਥ ਦਿੱਤਾ ਆਪਣੇ ਰਵੀ ਵੀਰ ਨੇ ਰਵੀ ਵੀਰ ਦਾ ਘਰ ਵਿਖਾਇਆ ਖੇਤ ਉਹਨਾਂ ਦਾ ਹੀ ਆ ਤੁਹਾਨੂੰ ਦਿਖਾਈ ਆ ਅਤੇ ਹਰਦੀਪ ਵੀਰ ਦਾ ਵੀ ਘਰ ਤੁਹਾਨੂੰ ਦਿਖਾਇਆ ਅਤੇ ਨਵਾਂ ਨਵਾਂ ਚੈਨਲ ਬਣਾਇਆ ਜੇ ਅਤੇ ਇੰਨਾ ਪਤਾ ਨਹੀਂ ਹੈਗਾ ਚੈਨਲ ਬਾਰੇ ਕੀ ਹੁੰਦਾ ਇੰਨੀ ਨੌਲੇਜ ਨਹੀਂ ਹੈਗੀ ਅਤੇ ਫਿਲਹਾਲ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਸ਼ੇਅਰ ਕਰਿਆ ਕਰੋ ਵੀਡੀਓਆਂ ਅਤੇ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਅਤੇ ਲਾਈਕ ਕਰ ਦਿਓ ਅਤੇ ਕਮੈਂਟ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਚੱਲ ਰਿਹਾ ਚਲੋ ਜੀ ਛੱਡ ਯਾਰ ਪਿਆਰਿਆਂ ਨੂੰ